ਸਾਡੀ ਪਿੰਡ ਵਾਲਾ ਸਕੂਲ ਜਿਹੜੀ 3 ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਇਹ ਇੱਕ ਅਧਿਆਪਕ ਦੀ ਕਹਾਣੀ ਹੈ ਔਰ ਅਧਿਆਪਕ ਕਿਵੇਂ ਦਾ ਹੋਣਾ ਚਾਹੀਦਾ ਅਸੀਂ ਇਹ ਫਿਲਮਾਇਆ ਇਸ ਕਹਾਣੀ ਦੇ ਵਿੱਚ। ਅਧਿਆਪਕ ਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜਿਵੇਂ ਅਸੀਂ ਹੁਣ ਇਲੈਕਸ਼ਨ ਦਾ ਟਾਈਮ ਹੈ, ਜਿਵੇਂ ਮਨਵੀਰ ਭਾਅ ਜੀ ਹੁਣਾਂ ਨੇ ਵੀ ਦੱਸਿਆ ਵੀ ਮੈਂ ਬੜੀ ਮੁਸ਼ਕਲ ਟਾਈਮ ਕੱਢ ਕੇ ਆਇਆ। ਸੋ ਮੈਨੂੰ ਲੱਗਦਾ ਵੀ ਜਿਹੜਾ ਇੱਕ ਅਧਿਆਪਕ ਹੈ ਉਹਦੀ ਜਿਹੜੀ ਜੌਬ ਹੈ ਉਹ ਹੈਗੀ ਬੱਚਿਆਂ ਨੂੰ ਪੜ੍ਹਾਉਣਾ, ਔਰ ਇਹ ਬਹੁਤ ਸੰਜੀਦਾ ਜੌਬ ਹੈ। ਅਤੇ ਜਦੋਂ ਸਾਡੀਆਂ ਕੋਈ ਵੀ ਸਰਕਾਰ ਹੋਵੇ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅਧਿਆਪਕਾਂ ਨੂੰ ਦਿੱਤੀਆਂ ਜਾਂਦੀਆਂ, ਸੋ ਉਹਨਾਂ ਦਾ ਧਿਆਨ ਡਾਇਵਰਟ ਹੁੰਦਾ ਕਿਉਂਕਿ ਉਹਨਾਂ ਨੂੰ ਉਹ ਵੀ ਕੰਮ ਬੜੀ ਜ਼ਿੰਮੇਵਾਰੀ ਨਾਲ ਕਰਨਾ ਪੈਂਦਾ। ਸੋ ਇੱਕ ਤਾਂ ਇਹ ਵਿਸ਼ਾ ਸੀ ਇਹਦੇ ਵਿੱਚ ਚੱਕਿਆ, ਇੱਕ ਇਹ ਹੈ ਕਿ ਸਾਡੇ ਜਿੰਨੇ ਵੀ ਗਵਰਨਮੈਂਟ ਸਕੂਲ ਨੇ ਉਹਨਾਂ 'ਤੇ ਪਿਛਲੇ ਲੰਮੇ ਸਮੇਂ ਤੋਂ ਬਹੁਤਾ ਜ਼ਿਆਦਾ ਕੰਮ ਨਹੀਂ ਹੋਇਆ, ਸੋ ਉਹਦਾ ਇੱਕ ਸਾਨੂੰ ਖਮਿਆਜ਼ਾ ਇਹ ਭੁਗਤਣਾ ਪਿਆ ਕਿ ਇੱਕ ਪ੍ਰਾਈਵੇਟ ਐਜੂਕੇਸ਼ਨ ਸੈਕਟਰ ਜਿਹੜਾ ਉਹ ਖੜ੍ਹਾ ਹੋ ਗਿਆ ਪੈਰਲਰ। ਸੋ ਪੜ੍ਹਾਈ ਜਿਹੜੀ ਆ ਉਹ ਡੇ ਬਾਈ ਡੇ ਮਹਿੰਗੀ ਹੁੰਦੀ ਜਾ ਰਹੀ, ਜਿਹੜਾ ਗਰੀਬ ਦਾ ਬੱਚਾ ਆ ਜਿਹੜਾ ਤਾਂ ਅਫੋਰਡ ਕਰਦਾ ਉਹ ਤਾਂ ਆਪਣੇ ਬੱਚੇ ਨੂੰ ਚੰਗੇ ਸਕੂਲ 'ਚ ਪੜ੍ਹਾ ਲੈਂਦਾ, ਉਹਨੂੰ ਚੰਗੀ ਐਜੂਕੇਸ਼ਨ ਦੇ ਦਿੰਦਾ, ਪਰ ਜਿਹੜਾ ਇੱਕ ਗਰੀਬ ਦਾ ਬੱਚਾ ਉਹਦੇ ਕੋਲ ਉਹ ਮੁੱਢਲੀਆਂ ਸਹੂਲਤਾਂ ਹੀ ਨਹੀਂ ਹੈਗੀਆਂ, ਨਾ ਉਹਦੇ ਕੋਲ ਇੰਨੇ ਪੈਸੇ ਨੇ ਕਿ ਉਹ ਉਹਨਾਂ ਸਕੂਲਾਂ 'ਚ ਪੜ੍ਹਾ ਸਕੇ। ਹੁਣ ਚੰਗੇ ਮਾੜੇ ਸਕੂਲ ਦੀ ਡੈਫੀਨੇਸ਼ਨ ਕੀ ਹੈ, ਬਈ ਜਿਵੇਂ ਇੱਕ ਸਾਡਾ ਮਾਇੰਡ ਸੈੱਟ ਬਣ ਗਿਆ ਵੀ ਜਿਹੜਾ ਸਕੂਲਾਂ ਦੀਆਂ ਬਿਲਡਿੰਗਾਂ ਵੱਡੀਆਂ ਨੇ, ਏਸੀ ਲੱਗੇ ਆ, ਏਸੀ ਰੂਮਸ ਨੇ, ਜਾਂ ਬੱਸਾਂ ਲੱਗੀਆਂ ਨੇ, ਜਾਂ ਵੱਡੀਆਂ ਗਰਾਊਂਡਾਂ ਨੇ, ਉਹ ਸਕੂਲਾਂ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਹੁੰਦੀ ਅਤੇ ਪ੍ਰਾਇਮਰੀ ਸਕੂਲਾਂ 'ਚ ਨਹੀਂ। ਐਕਚੁਅਲ ਦੇ ਵਿੱਚ ਸਾਡੀ ਫਿਲਮ ਦਾ ਵਿਸ਼ਾ ਹੀ ਇਹ ਹੈ ਕਿ ਬਈ ਸਕੂਲਾਂ 'ਚ ਜਿਵੇਂ ਮਨਵੀਰ ਭਾਅ ਜੀ ਉਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਕਿ ਉਹ ਡਾਇਲੋਗ ਹੈ ਬਕਾਇਦਾ ਕਿ ਸਕੂਲਾਂ ਦੇ ਵਿੱਚ ਬਿਲਡਿੰਗਾਂ ਨੇ ਨਹੀਂ ਪੜ੍ਹਾਉਣਾ ਹੁੰਦਾ, ਸਕੂਲਾਂ 'ਚ ਪੜ੍ਹਾਉਂਦੇ ਨੇ ਮਾਸਟਰ, ਅਤੇ ਸਾਡੇ ਕੋਲ ਇਹਨਾਂ ਤੋਂ ਕਾਬਲ ਅਤੇ ਪੜ੍ਹੇ ਲਿਖੇ ਮਾਸਟਰ ਨੇ। ਸੋ ਇਹ ਵਾਕਈ ਸੱਚਾਈ ਹੈ ਕਿਉਂਕਿ ਮਾਸਟਰ ਜਿੰਨਾ ਮਰਜ਼ੀ ਵਧੀਆ ਹੋਵੇ ਬਟ ਉਹਦੇ ਕੋਲ ਜੇ ਟੈਕਨੋਲੋਜੀ ਅੱਜ ਦੀ ਨਹੀਂ ਹੋਏਗੀ ਸਕੂਲ ਦੇ ਵਿੱਚ ਅਵੇਲੇਬਲ, ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਂਝਾ ਰਹਿ ਜੂਗਾ। ਸੋ ਸਾਡਾ ਕਈ ਤਰ੍ਹਾਂ ਦੇ ਇਹੋ ਜਿਹੇ ਇਹਦੇ ਵਿੱਚ ਅਸੀਂ ਪੁਆਇੰਟ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਤਾਂ ਇਹ ਕਿ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਨੇ, ਅਸੀਂ ਕਿਸੇ ਸਕੂਲ ਦੇ ਖਿਲਾਫ਼ ਨਹੀਂ ਹਾਂ, ਉਹ ਵੀ ਅਦਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਕੁਛ ਕੁ ਇਹੋ ਜਿਹੇ ਸਕੂਲ ਨੇ ਜਿੱਥੇ ਸਾਡੇ ਜਦੋਂ ਬੱਚੇ ਜਾਂਦੇ ਤਾਂ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵੀ ਰੋਕਿਆ ਜਾਂਦਾ, ਇੱਕ ਫਾਈਨ ਲੱਗਦਾ। ਸੋ ਇਹ ਚੀਜ਼ ਚਿੰਤਾਜਨਕ ਹੈ ਆਉਣ ਵਾਲੇ ਟਾਈਮ ਦੇ ਵਿੱਚ। ਅਸੀਂ ਮੈਂ ਥੋੜ੍ਹੇ ਟਾਈਮ ਤੋਂ ਕੈਨੇਡਾ ਰਹਿ ਰਿਹਾ, ਮੈਨੂੰ ਇਸ ਚੀਜ਼ ਦਾ ਅਫਸੋਸ ਹੋਇਆ ਕਿ ਵੀ ਮੇਰੇ ਬੱਚੇ ਜਦੋਂ ਉੱਥੇ ਗਏ ਅਤੇ ਉਹਨਾਂ ਨੂੰ ਪੰਜਾਬੀ ਨਹੀਂ ਮਤਲਬ ਪੜ੍ਹਾਈ ਗਈ ਅਤੇ ਪੰਜਾਬੀ ਨਹੀਂ ਆਉਂਦੀ ਸੀ, ਸਾਡਾ ਵੀ ਇਹ ਕਸੂਰ ਹੈ ਕਿ ਅਸੀਂ ਧਿਆਨ ਨਹੀਂ ਦਿੱਤਾ ਉਸ ਚੀਜ਼ ਵੱਲ। ਬਕਾਇਦਾ ਅਸੀਂ ਫਿਰ ਪੰਜਾਬੀ ਸਕੂਲ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਕਰਾਈ, ਇਸ ਵੇਲੇ ਉਹ ਪੰਜਾਬੀ ਪੜ੍ਹ ਲੈਂਦੇ ਨੇ, ਪੰਜਾਬੀ ਬੋਲ ਲੈਂਦੇ ਨੇ, ਪੰਜਾਬੀ ਬੋਲ ਤਾਂ ਪਹਿਲਾਂ ਵੀ ਲੈਂਦੇ ਸੀ, ਪੜ੍ਹਨੀ ਅਤੇ ਲਿਖਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸੋ ਇਹ ਜਿਹੜਾ ਮਹਿਸੂਸ ਕੀਤੀ ਮੈਂ ਚੀਜ਼ ਜਦੋਂ ਮੈਨੂੰ ਇੱਕ ਕਿਰਦਾਰ ਮਿਲਿਆ ਤਾਜਵੀਰ ਉਹਨਾਂ ਨੇ ਦਿੱਤਾ, ਅਤੇ ਮੈਨੂੰ ਲੱਗਿਆ ਕਿ ਯਾਰ ਇਹ ਕਿਰਦਾਰ ਮੈਨੂੰ ਕਰਨਾ ਚਾਹੀਦਾ। ਸੋ ਬੜਾ ਇੱਕ ਸੰਜੀਦਾ ਕਿਰਦਾਰ ਹੈ। ਬਾਕੀ ਮਨਵੀਰ ਭਾਅ ਜੀ ਹੁਣੀ ਬੈਠੇ ਨੇ, ਮੈਨੂੰ ਲੱਗਦਾ ਕਿ ਤੁਸੀਂ ਸਾਰੇ ਜਿਹੜੇ ਅਧਿਆਪਕ ਵਰਗ ਹੈ ਬੜਾ ਸੂਝਵਾਨ ਵਰਗ ਹੁੰਦਾ, ਸੋ ਇਹਨਾਂ ਨੂੰ ਇਹਨਾਂ ਦੇ ਕਿਰਦਾਰ ਦੇ ਬਾਰੇ ਗੱਲ ਕਰਨੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ। ਸੋ ਅਸੀਂ ਇਹ ਫਿਲਮ ਇੱਕ ਬੜੇ ਖੂਬਸੂਰਤ ਵਿਸ਼ੇ ਨਾਲ ਬਣਾਈ ਹੈ, ਅਤੇ ਅਸੀਂ ਥੈਂਕਸ ਕਰਦੇ ਹਾਂ ਸਾਰੇ ਅਧਿਆਪਕ ਵਰਗ ਦਾ ਕਿ ਉਹਨਾਂ ਵੱਲੋਂ ਬਹੁਤ ਸਾਰਾ ਥਾਂ ਥਾਂ ਜਗ੍ਹਾ ਜਗ੍ਹਾ ਤੋਂ ਬਹੁਤ ਵਧੀਆ ਰਿਸਪੋਂਸ ਆ ਰਿਹਾ ਸਾਨੂੰ। ਸੋ ਬਾਕੀ ਮੈਂ ਮਨਵੀਰ ਭਾਅ ਜੀ ਉਹਨਾਂ ਨੂੰ ਕਹਾਂਗਾ ਕਿ ਉਹਨਾਂ ਨੇ ਮਤਲਬ ਟ੍ਰੇਲਰ ਦੇਖਿਆ, ਸੋ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਜੀ। ਐਕਚੁਅਲੀ ਪੰਜਾਬੀ 'ਚ ਦੋ ਚੀਜ਼ਾਂ ਚੱਲ ਰਹੀਆਂ ਨੇ, ਜਾਂ ਤਾਂ ਫੁੱਲ ਕਮੇਡੀ ਚੱਲ ਰਹੀ ਆ ਅਤੇ ਜਾਂ ਜਿਹੜੀਆਂ ਫਿਲਮਾਂ ਆਉਂਦੀਆਂ ਬੋਕਸ ਆਫਿਸ ਤੱਕ ਪਹੁੰਚਦੀਆਂ ਨਹੀਂ ਆ, ਪਹਿਲੇ ਇੱਕ ਅੱਧੇ ਦਿਨ 'ਚ ਹੋ ਜਾਂਦੀਆਂ। ਕੀ ਕਾਰਨ ਹੋ ਗਿਆ ਕਿ ਅਸੀਂ ਵਿਸ਼ਿਆਂ ਤੋਂ ਹੀ ਹਟ ਗਏ, ਬਹੁਤ ਘੱਟ ਲੋਕ ਵਿਸ਼ਾ ਲੈਣ ਲੱਗ ਗਏ,
ਕਿ ਕਮੇਡੀ ਨੂੰ ਪਸੰਦ ਹੀ ਪੰਜਾਬੀ ਇੰਨਾ ਕਰਨ ਲੱਗ ਗਏ ਜਾਂ ਪੰਜਾਬੀਆਂ ਨੂੰ ਜੋਕਰ ਪਸੰਦ ਆਉਣ ਲੱਗ ਗਏ? ਤੁਹਾਨੂੰ ਕੀ ਲੱਗਦਾ ਕੋਈ ਇੱਕ ਅੱਧਾ ਕਲਾਕਾਰ ਰਿਸਕ ਲੈ ਕੇ ਪਹਿਲਾਂ ਬਣਾਉਂਦਾ ਫਿਰ ਦੁਬਾਰਾ ਕਮੇਡੀ 'ਚ ਚਲਾ ਜਾਂਦਾ? ਇਹ ਹੋ ਰਿਹਾ ਪਿਛਲੇ ਸਾਲ? ਉਹਦਾ ਕਾਰਨ ਇਹੀ ਹੈ ਜੀ, ਕਿਉਂਕਿ ਸਿਨੇਮਾ ਹੋਵੇ, ਮਿਊਜ਼ਿਕ ਹੋਵੇ, ਇਹਨਾਂ 'ਤੇ ਬਹੁਤ ਵੱਡੀ ਕੋਸਟ ਆਉਂਦੀ ਹੈ ਅਤੇ ਓਬਵੀਅਸਲੀ ਇੱਕ ਇਹ ਬਿਜ਼ਨਸ ਵੀ ਹੈ, ਇੱਕ ਧੰਦਾ ਵੀ ਹੈ, ਅਤੇ ਅਸੀਂ ਚਾਹੁੰਦੇ ਹਾਂ ਵੀ ਧੰਦਾ ਉਹ ਕੀਤਾ ਜਾਵੇ ਬਈ ਜਿਹਦੇ ਨਾਲ ਲੋਕਾਂ ਦਾ ਵੀ ਭਲਾ ਹੋਵੇ, ਲੋਕਾਂ ਦੀ ਵੀ, ਅਸੀਂ ਲੋਕਾਂ ਦੇ ਵੀ ਕਿਸੇ ਨਾ ਕਿਸੇ ਤਰੀਕੇ ਕੰਮ ਆ ਸਕੀਏ ਆਪਣੇ ਕੰਮ ਦੇ ਥਰੂ। ਸੋ ਕੋਮੇਡੀ ਦਾ ਬਾਰ ਬਾਰ ਕੋਮੇਡੀ ਫਿਲਮਾਂ ਦਾ ਬਣਨਾ ਇਹ ਹੈ ਕਿ ਲੋਕਾਂ ਵੱਲੋਂ ਚੰਗੇ ਜਿਹੜੇ ਸਬਜੈਕਟ ਨੇ ਉਹਨਾਂ ਨੂੰ ਸਪੋਰਟ ਨਹੀਂ ਮਿਲਦਾ, ਉਹਨਾਂ ਨੂੰ ਵੇਖਿਆ ਨਹੀਂ ਜਾਂਦਾ। ਸੋ ਮੈਨੂੰ ਲੱਗਦਾ ਕਿ ਵੀ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ, ਸਾਨੂੰ ਲੋਕਾਂ ਦੀ ਵੀ ਸਪੋਰਟ ਚਾਹੀਦੀ ਹੈ। ਅਲਟੀਮੇਟਲੀ ਅਸੀਂ ਆਪਣੇ ਵਾਸਤੇ ਫਿਲਮ ਨਹੀਂ ਬਣਾਉਂਦੇ, ਅਸੀਂ ਫਿਲਮ ਬਣਾਉਂਦੇ ਹਾਂ ਲੋਕਾਂ ਵਾਸਤੇ, ਉਹਨਾਂ ਦੇ ਵੀ ਸਾਡਾ ਇੱਕ ਚੰਗਾ ਮੈਸੇਜ ਲੋਕਾਂ ਤੱਕ ਜਾਵੇ। ਜੇ ਉਹ ਸਿਨੇਮੇ ਤੱਕ ਨਹੀਂ ਪਹੁੰਚਣਗੇ ਤਾਂ ਲੋਕਾਂ ਤੱਕ ਫਿਲਮ ਕਿਵੇਂ ਪਹੁੰਚੇਗੀ? ਸੋ ਫਿਰ ਬੰਦੇ ਦੀ ਹਿੰਮਤ ਨਹੀਂ ਪੈਂਦੀ ਨੈਕਸਟ ਟਾਈਮ ਕਿ ਅਸੀਂ ਚੰਗਾ ਗਾਣਾ ਕਰੀਏ ਜਾਂ ਚੰਗਾ। ਉਹ ਫਿਰ ਕਮਰਸ਼ੀਅਲ ਪੱਖ ਨੂੰ ਚੂਜ਼ ਕਰਦੇ ਨੇ ਕਿਉਂਕਿ ਉਹਦੇ ਵਿੱਚ ਫਾਇਦਾ ਵੀ ਹੈ। ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ, ਸਾਡੀ ਕੋਈ ਵੀ ਦੁਕਾਨਦਾਰੀ ਹੋਵੇ, ਸਾਨੂੰ ਐਂ ਲੱਗਦਾ ਵੀ ਸਾਡੀ ਦੁਕਾਨ ਸਭ ਤੋਂ ਵੱਧ ਚੱਲੇ। ਅਤੇ ਇੱਕ ਸਮਾਜਿਕ ਤੌਰ 'ਤੇ ਵੀ ਜੇ ਗੱਲ ਕਰੀਏ ਤਾਂ ਸਮਾਜ ਦੇ ਵਿੱਚ ਵੀ ਅਸੀਂ ਨੰਬਰ ਵਨ ਆਪਣੇ ਆਪ ਨੂੰ ਮੰਨਣਾ ਚਾਹੁੰਦੇ ਹਾਂ ਕਿ ਸਾਡਾ ਕੰਮ ਨੰਬਰ ਵਨ ਹੋਵੇ। ਸੋ ਇੱਦਾਂ ਹੀ ਮਿਊਜ਼ਿਕ ਲਾਈਨ ਆ, ਇੱਦਾਂ ਹੀ ਫਿਲਮ ਲਾਈਨ ਆ ਕਿ ਯਾਰ ਇੱਕ ਫਿਲਮ ਇਹਦੀ ਉਹ ਵੀ ਫਲੋਪ ਹੋ ਗਈ ਸੀਗੀ, ਅੱਛਾ ਇਹਨੇ ਉਹ ਚੰਗੀ ਫਿਲਮ ਬਣਾਈ ਸੀ ਉਹ ਵੀ ਫਲੋਪ ਹੋ ਗਈ ਸੀ, ਇਹ ਅਸੀਂ ਨਹੀਂ ਸੁਣਨਾ ਚਾਹੁੰਦੇ। ਅਸੀਂ ਵੀ ਸੁਣਨਾ ਚਾਹੁੰਦੇ ਵੀ ਯਾਰ ਬੰਦੇ ਨੇ ਫਲਾਣੀ ਫਿਲਮ ਬਣਾਈ ਸੀ, ਬੰਦੇ ਦੀ ਫਿਲਮ ਬੜੀ ਹਿੱਟ ਹੋਈ, ਉਹ ਚਾਹੇ ਕਾਮੇਡੀ ਹੋਵੇ ਚਾਹੇ ਜਿਹੜੀ ਮਰਜ਼ੀ ਹੋਵੇ। ਮੈਂ ਇੱਕ ਗੱਲ ਇਹਦੇ ਵਿੱਚ ਹੋਰ ਐਡ ਕਰਨਾ ਚਾਹੁੰਦਾ ਵੀ ਅਸੀਂ ਪੰਜਾਬ ਇੱਕ ਇਹੋ ਜਿਹਾ ਸੂਬਾ ਜਿਹਨੇ ਬਹੁਤ ਸਾਰੇ ਪੀਰ ਪੈਗੰਬਰਾਂ ਨੂੰ ਜਨਮ ਦਿੱਤਾ, ਬਹੁਤ ਸਾਰੇ ਯੋਧਿਆਂ ਨੂੰ ਜਨਮ ਦਿੱਤਾ, ਇਹ ਉਹ ਧਰਤੀ ਹੈ। ਇਹਦੇ ਵਿੱਚ ਇਕੱਲੇ ਮਤਲਬ ਟਪੂਸੀਆਂ ਮਾਰਨ ਵਾਲੇ ਲੋਕ ਨਹੀਂ ਹਾਂ ਅਸੀਂ, ਠੀਕ ਹੈ ਹੱਸਣ ਖੇਡਣ ਮਨ ਕਾ ਚਾਓ, ਬਟ ਹਰੇਕ ਜਿਹੜਾ ਇਮੋਸ਼ਨ ਆ ਉਹਦੀ ਆਪਣੀ ਇੱਕ ਅਹਿਮੀਅਤ ਹੈ। ਸੋ ਮੈਨੂੰ ਲੱਗਦਾ ਕਿ ਸੰਜੀਦਗੀ ਵੀ ਸਾਡੇ ਅੰਦਰ ਬਹੁਤ ਹੈ, ਉਹ ਵੱਡੇ ਪਰਦੇ 'ਤੇ ਪਿਛਲੇ ਲੰਮੇ ਸਮੇਂ ਤੋਂ ਮਿਸਿੰਗ ਹੈ, ਉਹ ਆ ਨਹੀਂ ਰਹੀ। ਸੋ ਇਹ ਫਿਲਮ ਦੇ ਥਰੂ ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੀ ਸੰਜੀਦਗੀ ਹੈ ਉਹ ਲੋਕ ਐਪਰੀਸ਼ੀਏਟ ਕਰਨ ਉਸ ਚੀਜ਼ ਨੂੰ, ਤਾਂ ਜੋ ਅਸੀਂ ਇੱਕ ਫਿਲਮ ਹੋਰ ਬਣਾਈਏ। ਹੁਣ ਮੈਂ ਇੱਕ ਛੋਟੀ ਜਿਹੀ ਗੱਲ ਕਹਾਂਗਾ ਕਿ ਤਾਜਵੀਰ ਹੁਣਾਂ ਨੇ ਥੋੜ੍ਹੇ ਦਿਨ ਪਹਿਲਾਂ ਮੈਨੂੰ ਫੋਨ ਕੀਤਾ, ਭਾਅ ਜੀ ਮਾਹੌਲ ਬੜਾ ਅੱਛਾ ਬਣ ਰਿਹਾ ਵੀ ਮੈਂ ਪਿੰਡ ਵਾਲਾ ਸਕੂਲ 2 ਬਣਾ ਲਈ ਹੈ, ਆਲਰੇਡੀ ਮੈਂ ਲਿਖ ਲਈ ਹੈ। ਸੋ ਕਹਿਣ ਦਾ ਭਾਵ ਇਹ ਕਿ ਜੇ ਇਹ ਫਿਲਮ ਚੱਲੂਗੀ ਭਾਵੇਂ ਥੋੜ੍ਹੇ ਵੀ ਚੱਲੇ ਤਾਂ ਅਸੀਂ ਅਗਲੀ ਫਿਲਮ ਲਈ ਰੈਡੀ ਬੈਠੇ ਹਾਂ, ਬਟ ਜੇ ਇਸ ਫਿਲਮ ਨੂੰ ਕੋਈ ਦੇਖਣ ਨਹੀਂ ਆਉਂਦਾ ਫਿਰ ਸਾਨੂੰ ਸੋਚਣਾ ਪਊਗਾ ਕਿਉਂਕਿ ਇੱਕ ਬਹੁਤ ਵੱਡੀ ਕੋਸਟ ਚੜ੍ਹਦੀ ਹੈ ਇਹਦੇ 'ਤੇ। ਸੋ ਸਾਡੇ ਸੰਜੀਵ ਜੀ ਸਾਹਮਣੇ ਬੈਠੇ ਨੇ, ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਫਿਲਮ ਨੂੰ ਕੰਪਲੀਟ ਕਰਨ 'ਚ। ਸੋ ਮੈਨੂੰ ਲੱਗਦਾ ਕਿ ਚੰਗੀਆਂ ਫਿਲਮਾਂ ਲੋਕ ਦੇਖਣ ਜਾਣ, ਚੰਗੇ ਗਾਣੇ ਸੁਣਨ, ਅਤੇ ਅਸੀਂ ਚੰਗੀਆਂ ਫਿਲਮਾਂ ਵੀ ਬਣਾਵਾਂਗੇ, ਚੰਗੇ ਗਾਣੇ ਵੀ ਗਾਵਾਂਗੇ। ਫਿਲਮ ਦੇ ਗੀਤ ਜਿਹੜੇ ਆ ਲਗਭਗ ਤੁਸੀਂ ਗਾਏ ਆ ਜਾਂ ਕੁਝ ਹੋਰ ਵੀ ਹੈ ਜਿਹਨੇ ਗਾਇਆ? ਇਸ ਫਿਲਮ ਦੇ ਗਾਣੇ ਜਿਹੜਾ ਟਾਈਟਲ ਟਰੈਕ ਹੈ ਉਹ ਜਸਵੀਰ ਜੱਸੀ ਭਾਅ ਜੀ ਨੇ ਗਾਇਆ, ਕੋਈ ਕੋਸਟ ਨਹੀਂ ਲਈ ਉਹਨਾਂ ਨੇ, ਬਲਕਿ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪਿੰਡ ਵਾਲਾ ਸਕੂਲ ਫਿਲਮ ਬਣਾ ਰਹੇ ਹਾਂ ਜੀ, ਅਤੇ ਇੱਕ ਟਾਈਟਲ ਟਰੈਕ ਕਹਿੰਦਾ ਭੇਜ। ਜਦੋਂ ਮੈਂ ਭੇਜਿਆ ਉਹਨਾਂ ਨੂੰ, ਉਹਨਾਂ ਨੇ ਮੈਂ ਕਿਹਾ ਤੀਜੇ ਚੌਥੇ ਦਿਨ ਰਿਕਾਰਡ ਕਰਕੇ ਭੇਜਤਾ। ਅੱਜ ਮੈਨੂੰ ਪੁੱਛ ਰਹੇ ਸੀ ਯਾਰ ਤੂੰ ਮੈਨੂੰ ਪ੍ਰੈਸ ਕਾਨਫਰੰਸ 'ਤੇ ਨਹੀਂ ਲੈ ਕੇ ਗਿਆ? ਸੋ ਲੋਕ ਇੰਨੇ ਕਨੈਕਟਡ ਨੇ, ਆਰਟਿਸਟ ਵੀ ਅਸੀਂ ਇਸੇ ਸਮਾਜ ਦਾ ਹਿੱਸਾ ਹਾਂ। ਸੋ ਹਰੇਕ ਬੰਦਾ ਸਪੋਰਟ ਕਰਨਾ ਚਾਹੁੰਦਾ ਆਪਣੇ ਸਮਾਜ ਨੂੰ, ਆਪਣੇ ਲੋਕਾਂ ਨੂੰ। ਸੋ ਉਸ ਤੋਂ ਇਲਾਵਾ ਗੁਰਲੇਜ ਅਖਤਰ ਜੀ ਦੀ ਆਵਾਜ਼ ਇਹਦੇ ਵਿੱਚ, ਕਮਲ ਖਾਨ ਹੁਣਾਂ ਨੇ ਗਾਇਆ। ਸੋ ਇੱਕ ਦੋ ਗਾਣੇ ਮੈਨੂੰ ਵੀ ਗਾਉਣ ਦਾ ਮੌਕਾ ਮਿਲਿਆ।